ਹੁਣ ਗੱਲ ਕਰਦੇ ਹਾਂ ਸੁੰਦਰਤਾ ਦੀ ਦੁਨੀਆ ਦੇ ਬਾਰੇ ਅਗਲੇ ਦਿਨੀ ਕੈਨੇਡਾ ਦੇ ਵਿੱਚ ਮਿਸ ਵਰਡ ਪੰਜਾਬਣ ਕੰਟੈਸਟ ਹੋਣ ਜਾ ਰਿਹਾ ਹੈ ਜਿਸ ਦੀ ਵਿਸ਼ਵ ਪੱਧਰ ਤੇ ਚਾਚਾ ਹੈ ਸੋ ਇਸ ਕੰਟੈਸਟ ਦੇ ਮੁੱਖ ਪ੍ਰਬੰਧਕ ਜਸਮੀਰ ਸਿੰਘ ਟੱਟ ਸਾਡੇ ਸਟੂਡੀਓਜ਼ ਬਰਾਜ਼ਮਾਨ ਨੇ ਇਸ ਵੰਦੀ ਗੱਲਬਾਤ ਕਰਨੇ ਜੀ ਟੱਟ ਸਾਹਿਬ ਸਵਾਗਤ ਹੈ ਆਪ ਜੀ ਦਾ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਾਰੇ ਹੀ ਸਰੋਤੇ ਦਰਸ਼ਕ ਜਿਹੜੇ ਇਹ ਪ੍ਰੋਗਰਾਮ ਦੇਖ ਰਹੇ ਨੇ ਮੇਰੇ ਵੱਲੋਂ ਉਹਨਾਂ ਨੂੰ ਨਿੱਗੀ ਸਤਿ ਸ਼ਕਾਲ ਬਹੁਤ ਸਤਿਕਾਰ ਜੀ ਗੱਲ ਕਰਦੇ ਹਾਂ ਮਿਸ ਵਰਡ ਪੰਜਾਬਣ ਇਹ ਹੈ ਕਿ ਇਹ ਮਿਸ ਵਰਡ ਪੰਜਾਬ ਹਣ ਕੀ ਕਨਸੈਪਟ ਹੈ ਕਿਸ ਤਰ੍ਹਾਂ ਆਈਡੀਆ ਹੈ ਇਸ ਦਾ ਆਰਗੇਨਾਈਜ਼ ਕਰਨ ਦਾ ਤੇ ਕਦੋਂ ਸ਼ੁਰੂ ਹੋਇਆ ਸੀਗਾ ਜੀ ਸੋ ਸਭ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਇਹਨਾਂ ਮੁਕਾਬਲਿਆਂ ਦੀ ਇਹ ਕੁਦਰਤ ਨੇ ਬ੍ਰਹਿਮੰਡ ਸਜਿਆ ਤੇ ਉਸ ਨੇ ਅਲੱਗ-ਅਲੱਗ ਚੀਜ਼ਾਂ ਬਣਾਈਆਂ ਨੇ ਪਸ਼ੂ ਪੰਛੀ ਔਰ ਸਭ ਤੋਂ ਵਧੀਆ ਕ੍ਰੀਏਸ਼ਨ ਅਸੀਂ ਆਦਮ-ਜਾਦ ਮੰਨਦੇ ਹਾਂ ਔਰ ਆਦਮ-ਜਾਦ ਵਿੱਚੋਂ ਵੀ ਔਰਤ ਨੂੰ ਅਸੀਂ ਸਭ ਤੋਂ ਵਧੀਆ ਕ੍ਰੀਏਸ਼ਨ ਮੰਨਦੇ ਹਾਂ ਪਰਮਾਤਮਾ ਦੀ ਔਰਤ ਖੂਬਸੂਰਤ ਹੈ ਔਰ ਕਿਉਂ ਇੱਕ ਔਰਤ ਦੂਸਰੀ ਔਰਤ ਤੋਂ ਖੂਬਸੂਰਤ ਵੱਧ ਹੋਣਾ ਦੇਖਣਾ ਚਾਹੁੰਦੀ ਹੈ ਜਿਸ ਦੀ ਕਮਜੋਰੀ ਦਾ ਲਾਭ ਠਾ ਕੇ ਬਹੁਤ ਸਦੀਆਂ ਪਹਿਲਾਂ ਇਹ ਮੁਕਾਬਲੇ ਦੀ ਸ਼ੁਰੂਆਤ ਪੱਛਮੀ ਦਿਸਤਾਂ ਤੋਂ ਹੋਈ ਹੈ ਫੋੜ ਸਾਰੀ ਦੁਨੀਆ ਦੀਆਂ ਔਰਤਾਂ ਨੂੰ ਅਸੀਂ ਇੱਕ ਚੌਕਟੇ ਚ ਨਹੀਂ ਰੱਖ ਕੇ ਨਹੀਂ ਦੇਖ ਸਕਦੇ ਕਿਉਂਕਿ ਪੱਛਮ ਦੀਆਂ ਹੋਰ ਵਹਿਤਾਂ ਨੇ ਇੱਥੇ ਦੇ ਸੱਭਿਆਚਾਰ ਹੋਰ ਨੇ ਸਾਡੇ ਸੱਭਿਆਚਾਰ ਹਿੰਦੁਸਤਾਨ ਦੇ ਪੰਜਾਬ ਦੇ ਹੋਰ ਨੇ ਪਿਛਲੀ ਸਦੀ ਦੇ ਆਖਰੀ ਦਹਾਕੇ ਵਿੱਚ ਜਦੋਂ ਕਾਲੇ ਦੌਰ ਤੋਂ ਪੰਜਾਬ ਲੰਘਿਆ ਤੇ ਇੱਕਦਮ ਖੁੱਲ ਹੋਈ ਤਾਂ ਵੈਸਟਰਨ ਕਲਚਰ ਦੇ ਬਹੁਤ ਸਾਰੇ ਮੁਕਾਬਲੇ ਹਰ ਕੰਟਰੀ ਦੇ ਵਿੱਚ ਸਾਡੀ ਕੰਟਰੀ ਦੇ ਵਿੱਚ ਹਰ ਮੱਲੇ ਵਿੱਚ ਹਰ ਸ਼ਹਿਰ ਵਿੱਚ ਹੋਣ ਲੱਗੇ ਜਿਨ੍ਹਾਂ ਵਿੱਚ ਸਾਡੀ ਤੀ ਨੂੰ ਸਾਡੀ ਮਟਿਆਰ ਨੂੰ ਬਹੁਤ ਘੱਟ ਕੱਪੜਿਆਂ ਵਿੱਚ ਪੇਸ਼ ਕਰਕੇ ਵਪਾਰੀ ਕਿਸਮ ਦੇ ਲੋਕ ਜਿਹੜੇ ਸੀ ਉਹਨਾਂ ਦਾ ਸਰੀਰਕ ਸੋਚਨ ਵੀ ਕਰਦੇ ਸੀ ਮਾਨਸਿਕ ਸੋਚਨ ਵੀ ਕਰਦੇ ਸੀ ਔਰ ਉਹਨਾਂ ਤੋਂ ਆਪਣੇ ਵਪਾਰੀ ਵਪਾਰਕ ਜਿਹੜੀਆਂ ਸੀਗੀਆਂ ਗਤੀਵਿਧੀਆਂ ਉਹ ਜਾਰੀ ਰੱਖਦੇ ਸੀ ਇਸ ਈਵੈਂਟ ਦਾ ਆਬਜੈਕਟਿਵ ਕੀ ਹੈਗਾ ਮੇਰਾ ਇਸ ਚੀਜ਼ ਇਸ ਦਾ ਆਬਜੈਕਟ ਇਹ ਹੈ ਕਿ ਔਰਤ ਦੀ ਖੂਬਸੂਰਤੀ ਕੱਜੇ ਹੁਣ ਵਿੱਚ ਹੈ ਨਾ ਕਿ ਨਗੇਜ ਵਿੱਚ ਸਾਡੀਆਂ ਜਿਹੜੀਆਂ ਮਟਿਆਰਾਂ ਨੇ ਜਿਹੜੇ ਉਹਨਾਂ ਨੂੰ ਪਲੇਟਫਾਰਮ ਜਿਹੜਾ ਉਹ ਵੈਸਟਰਨ ਕਲਚਰ ਵਾਲੇ ਜਾ ਰਹੀਆਂ ਸੀ ਪੰਜਾਬ ਦੀਆਂ ਮਟਿਆਰਾਂ ਇਹ ਇੱਕ ਲਕੀਰ ਸੀ ਬਜਾਏ ਅਸੀਂ ਉਸ ਲਕੀਰ ਨੂੰ ਮਟਾਉਣ ਲਈ ਅਸੀਂ ਉਹਦੇ ਇੱਕ ਬਰਾਬਰ ਵੱਡੀ ਲਕੀਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਔਰਤ ਦੀ ਖੂਸੂਰਤੀ ਪੂਰੇ ਕੱਜੇ ਹੁਣ ਵਿੱਚ ਵੀ ਹੈ ਸੋ ਦੁਨੀਆ ਦੇ ਵਿੱਚ ਜਿੰਨੇ ਵੀ 11000 ਤੋਂ ਵੱਧ ਕੰਪੀਟੀਸ਼ਨ ਹੁੰਦੇ ਨੇ ਵੱਡੇ ਲੈਵਲ ਦੇ ਉਹਨਾਂ ਵਿੱਚ ਇਕੋ ਇੱਕ ਮਿਸ ਵਰਲਡ ਪੰਜਾਬਨ ਮੁਕਾਬਲਾ ਜਿਹਦੇ ਵਿੱਚ ਔਰਤ ਨੂੰ ਲੜਕੀ ਨੂੰ ਪੂਰੇ ਕੱਪੜਿਆਂ ਵਿੱਚ ਪੇਸ਼ ਕੀਤਾ ਜਾਂਦਾ ਸਟੇਜ ਦੇ ਵਿੱਚ ਸਟੇਜ ਦੇ ਉੱਪਰ ਔਰ ਕੋਈ ਕੈਟਵਾਕ ਨਹੀਂ ਹੁੰਦੀ ਸਾਰੇ ਬਿਊਟੀ ਕੰਟੈਸਟ ਵਰਲਡ ਦੇ ਜਿੰਨੇ ਮਰਜ਼ੀ ਵੇਖ ਲਓ ਉਹਨਾਂ ਚ ਕੈਟਵਾਕ ਹੁੰਦੀ ਹੈ ਸਾਡੇ ਇਹਦੇ ਵਿੱਚ ਉਹ ਲੜਕੀ ਜਿਹੜੀ ਹੈ ਉਹ ਆਪਣੀਆਂ ਅੱਖਾਂ ਵਿੱਚ ਸ਼ਰਮ ਦਾ ਸ਼ਰਮਾ ਪਾ ਕੇ ਆਪਣੇ ਮਾਂ-ਬਾਪ ਦੇ ਸਾਹਮਣੇ ਆਪਣੇ ਗਿੱਧੇ ਦਾ ਆਪਣੀ ਗਿਆਨ ਦਾ ਆਪਣੀ ਖੂਬਸੂਰਤੀ ਦਾ ਉਹ ਵਸੀਦ ਦਾ ਵਿੱਚ ਰਹਿ ਕੇ ਪਕਟਾਵਾ ਕਰਦੀ ਹੈ ਇਹ ਜਿਹੜਾ ਕੰਟੈਸਟ ਹੈ ਕਦੋਂ ਤੇ ਕਿੱਥੇ ਹੋ ਰਿਹਾ ਹੈਗਾ ਅ ਅਸੀਂ ਜਿਹੜਾ ਹੁਣ ਹੋ ਰਿਹਾ ਉਹ ਅ ਅਸੀਂ ਮਿਸੀਸਾਗਾ ਦੇ ਵਿੱਚ ਪਾਲਿਸ਼ ਸੈਂਟਰ ਹੈਗਾ ਉੱਥੇ ਕਰਾਉਣ ਜਾ ਰਹੇ ਹਾਂ 22 ਸਤੰਬਰ ਨੂੰ ਹੋ ਰਿਹਾ ਸੁਕੀਨੇਜਰ ਜਿਹੜੇ ਨੇ ਉਹ ਇੱਥੋਂ ਦੇ ਲੋਕਲ ਕੈਨੇਡਾ ਦੇ ਜਿਹੜੇ ਉਹ ਸਾਡੇ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਸਹਿਯੋਗ ਨਾਲ ਪਹਿਲਾਂ 2017 ਵਿੱਚ ਵੀ ਹੋਇਆ ਸੀ ਤੇ ਹੁਣ ਅਸੀਂ ਇਸ ਸਾਲ ਫੇਰ ਕਰਾਉਣ ਜਾ ਰਹੇ ਹਾਂ ਕਿਉਂਕਿ ਇਹ ਮੁਕਾਬਲਾ 4 ਸਾਲ ਬੁੱਧਦਾ ਤੇ ਕਰੋਨਾ ਹੋਣ ਕਰਕੇ ਥੋੜਾ ਜਿਹਾ ਇਹ ਲੇਟ ਹੋ ਰਿਹਾ ਜਿਹਦੇ ਸਬੰਧ ਵਿੱਚ ਅਸੀਂ ਅਲੱਗ-ਅਲੱਗ ਕੰਟਰੀ ਦੇ ਵਿੱਚ ਜਿਹੜੇ ਅਸੀਂ ਮੁਕਾਬਲੇ ਆਯੋਜਿਤ ਕਰ ਚੁੱਕੇ ਆ ਔਰ ਉਨ ਤੋਂ ਲੜਕੀਆਂ ਜਿਹੜੀਆਂ ਨੇ ਉਹ ਗ੍ਰੈਂਡ ਫਰੇਲੇ ਵਾਸਤੇ ਸਿਲੈਕਟ ਹੋ ਚੁੱਕੀਆਂ ਨੇ ਇੰਡੀਆ ਦੇ ਵਿੱਚ ਅਸੀਂ ਪਿਛਲੇ ਸਾਲ ਕੰਪੀਟੀਸ਼ਨ ਕਰਾਈ ਸੀ ਜਿੱਥੇ ਹਜ਼ਾਰਾਂ ਲੜਕੀਆਂ ਦੇ ਦੀ ਸੰਜੋਏ ਅਲੱਗ-ਅਲੱਗ ਉਹਨਾਂ ਦੇ ਛਾਣੇ ਲੱਗ ਕੇ ਤੇ ਫਿਰ ਲਾਸਟ ਵਿੱਚ ਜਿਹੜੀਆਂ ਸੀਗੀਆਂ ਉਹਨਾਂ ਨੇ 18 ਲੜਕੀਆਂ ਨੇ ਹਿੱਸਾ ਲਿਆ ਜਿਨ੍ਹਾਂ ਚੋਂ ਅਸੀਂ 5 ਲੜਕੀਆਂ ਜਿਹੜੀਆਂ ਨੇ ਉਹ ਇੰਡੀਆ ਤੋਂ ਇਸ ਤੋਂ ਲਾਵਾ ਦੋ ਲੜਕੀਆਂ ਜਿਹੜੀਆਂ ਆਸਟ੍ਰੇਲੀਆ ਤੋਂ ਸਿਲੈਕਟ ਹੋ ਚੁੱਕੀਆਂ ਨੇ ਇੱਕ ਲੜਕੀ ਨਿਊਜ਼ੀਲੈਂਡ ਤੋਂ ਆ ਦੋ ਲੜਕੀਆਂ ਜਿਹੜੀਆਂ ਨੇ ਉਹ ਇੰਗਲੈਂਡ ਤੋਂ ਆ ਇੱਕ ਲੜਕੀ ਯੂਰਪ ਦੇ ਇਟਲੀ ਤੋਂ ਆ ਇਸੇ ਤਰ੍ਹਾਂ ਯੂਐਸਏ ਤੋਂ ਵੀ ਦੋ ਲੜਕੀਆਂ ਪਾਰਟਿਸਿਪੇਟ ਕਰਨਗੀਆਂ ਤੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਸਾਡੇ ਜਿਹੜੇ ਐਡੀਸ਼ਨ ਜਿਹਨੇ ਉਹ ਚੱਲ ਰਹੇ ਨੇ ਕੁਝ ਲੜਕੀਆਂ ਅਸੀਂ ਦੋ ਸਾਲ ਪਹਿਲਾਂ ਸਿਲੈਕਟ ਕੀਤੀਆਂ ਸੀਗੀਆਂ ਤੇ ਉਹ ਪਾਰਟਿਸਿਪੇਟ ਕਰਨੀਆਂ ਇਸ ਤੋਂ ਇਲਾਵਾ ਵਾਈਲਡ ਕਾਰਡ ਐਂਟਰੀ ਜਿਹੜੀ ਆ ਉਹ ਅਸੀਂ ਜਲਦੀ ਹੀ ਕਰਨ ਜਾ ਰਹੇ ਹਾਂ ਉਹਨਾਂ ਦੇ ਐਡੀਸ਼ਨ ਜਿਹੜੇ ਨੇ ਉਹ ਸਟਾਰਟ ਹੋ ਚੁੱਕੇ ਨੇ ਹਮਮ ਅ ਇਸ ਦੇ ਚ ਜੋ ਗ੍ਰੈਂਡ ਫਿਨਾਲੇ ਹੋ ਰਿਹਾ ਤੁਸੀਂ ਦੱਸੋ ਟੌਂਟੋ ਦੇ ਛੋਣ ਜਾ ਰਿਹਾ ਟੋਟਲ ਕਿੰਨੀਆਂ ਤਕਰੀਬਨ ਹੈਗੀਆਂ ਅ ਟੋਟਲ ਗ੍ਰੈਂਡ ਫਿਨਲ ਵਿੱਚ 15 ਜਾਂ 16 ਲੜਕੀਆਂ ਜਿਹੜੀਆਂ ਸਾਡੀਆਂ ਪਾਰਟਿਸਪੀਟ ਕਰਦੀਆਂ ਨੇ ਉਹਦੇ ਵਿੱਚ ਚਾਰ ਰਾਉਂਡਸ ਹੁੰਦੇ ਨੇ ਪਹਿਲਾ ਬ੍ਰੈਡਰ ਰਾਉਂਡ ਹੁੰਦਾ ਜਿਹਦੇ ਜਿਹੜੇ ਡਰੈਸਸ ਹੈਗੇ ਨੇ ਲਹਿੰਗੇ ਨੇ ਖੂਬਸੂਰਤ ਉਹ ਨੀਲੀ ਬਾਰਲੂ ਦਿਆਣਾ ਵੱਲੋਂ ਸਪਾਂਸਰ ਕੀਤੇ ਜਾਂਦੇ ਹੈਗੇ ਨੇ ਔਰ ਉਸ ਤੋਂ ਜਿਹੜਾ ਸੈਕੰਡ ਰਾਉਂਡ ਹੁੰਦਾ ਉਹ ਹਰ ਇੱਕ ਜਿਹੜੀ ਮਟਿਆਰ ਹੈਗੀ ਆ ਉਹ ਕੋਈ ਵੀ ਫੀਮੇਲ Song ਪੰਜਾਬੀ ਦਾ ਜਿਹੜਾ ਫੋਕ ਹੋਵੇ ਵਲਗਰ ਨਾ ਹੋਵੇ ਉਹਦੇ ਤੇ ਆਪਣੀ ਡਾਂਸ ਦੇ ਜਿਹੜੇ ਉਹਦੇ ਡਾਂਸ ਕਰਕੇ ਦਿਖਾਉਂਦੀ ਹੈਗੀ ਆ ਤੀਸਰਾ ਰਾਉਂਡ ਸਾਡਾ ਹੁੰਦਾ ਹੈਰਿਟੇਜ ਕੁਇਜ਼ ਦਾ ਜਿਦੇ ਵਿੱਚ ਉਹਨਾਂ ਮਟਿਆਰਾਂ ਤੋਂ ਪੰਜਾਬੀ ਵਿਰਸੇ ਨਾਲ ਪੰਜਾਬੀ ਸੱਭਿਆਚਾਰ ਨਾਲ ਪੰਜਾਬੀ ਇਤਿਹਾਸ ਨਾਲ ਸਵਾਲ ਪੁੱਛੇ ਜਾਂਦੇ ਨੇ ਔਰ ਇੱਕ ਬੋਲੀ ਕੋਈ ਵਰਡ ਦੇ ਕੇ ਇੱਕ ਸ਼ਬਦ ਦੇ ਕੇ ਉਹਨਾਂ ਨੂੰ ਉਤੇ ਗਿੱdde ਦੀ ਬੋਲੀ ਪਾਉਣ ਲਈ ਕਿਹਾ ਜਾਂਦਾ ਔਰ ਆਖਰ ਦੇ ਵਿੱਚ ਜਿਹੜਾ ਸਾਡਾ ਰਾਉਂਡ ਹੁੰਦਾ ਉਹ ਹੈਗਾ ਗਿੱdde ਦਾ ਕਿਉਂਕਿ ਗਿੱਧਾ ਜਿਹੜਾ ਉਹ ਸਾਡਾ ਫੋਕ ਹੈ ਪੰਜਾਬ ਦਾ ਤੇ ਹਰ ਇੱਕ ਲੜਕੀ ਨੂੰ ਕਹਿੰਦੇ ਨਾ ਨਾ ਆਟਾ ਗੁਰੂ ਨਾਨਕ ਦੇ ਗਿੱਧਾ ਪਾਉਣਾ ਕੁਦਰਤ ਵੱਲੋਂ ਹੀ ਬਖਸ਼ੀ ਹੁੰਦੀ ਹੈ ਹਮਮ ਇਸ ਦੇ ਵਿੱਚ ਵੈਸੇ ਐਲੀਜੀਬਲ ਕੌਣ ਹੈ ਭਾਗ ਲੈਣ ਦੇ ਲਈ ਕੋਈ ਵੀ ਪੰਜਾਬੀ ਮਟਿਆਰ ਜਿਸ ਦੇ ਮਾਂ-ਬਾਪ ਚੋਂ ਇੱਕ ਪੰਜਾਬੀ ਖੂਨ ਹੋਵੇ ਚਾਹੇ ਉਹ ਪਾਕਿਸਤਾਨੀ ਹੋਵੇ ਮੁਸਲਮਾਨ ਹੋਵੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ ਕਿਸੇ ਵੀ ਦੇਸ਼ ਨਾਲ ਸੰਬੰਧ ਰੱਖਦੀ ਹੋਵੇ ਮਟਿਆਰ 18 ਤੋਂ 30 ਸਾਲ ਉਹਦੀ ਉਮਰ ਹੋਵੇ ਮੈਰਿਡ ਹੋਵੇ ਅਨਮੈਡ ਹੋਵੇ ਇੱਕ ਕੁਐਸਚਨ ਨਹੀਂ ਹੈ ਔਰ ਹਾਈਟ ਜਿਹੜੀ ਆ ਉਹਦੀ 5 ਫੁੱਟ 4 ਇੰਚ ਜਾਂ ਇਸ ਤੋਂ ਵੱਧ ਹੋਵੇ ਉਹ ਇਹਦੇ ਵਿੱਚ ਹਿੱਸਾ ਲੈ ਸਕਦੀ ਹੈ ਕੋਈ ਵੀ ਫੀਸ ਨਹੀਂ ਕੋਈ ਫਾਰਮੈਟਰੀ ਫੀਸ ਨਹੀਂ ਕਿਸੇ ਕਿਸਮ ਦੀ ਕੋਈ ਫੀਸ ਸਾਡੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਸਭਿਆਚਾਰ ਸੱਤ ਪੰਜਾਬ ਜਿਹੜੀ 1992 ਅਸੀਂ ਸ਼ੁਰੂ ਕੀਤੀ ਸੀ ਲੁਧਿਆਣੇ ਤੋਂ ਤੇ ਮੈਂ ਉਹਦਾ ਮੁੜ ਤੋਂ ਚੇਅਰਮੈਨ ਹੈਗਾ ਹੁਣ ਤੱਕ ਚਲਾ ਰਿਹਾ ਸੋ ਸਾਡੀ ਇਹ ਐਨਜੀਓ ਟਾਈਪ ਹੈ ਕੋਈ ਵੀ ਅਸੀਂ ਉੱਥੇ ਟਿਕਟ ਜਾਂ ਫੀਸ ਜਿਹੜੀ ਹੈ ਬੱਚਿਆਂ ਤੋਂ ਨਹੀਂ ਲੈਂਦੇ ਤੇ ਨਾ ਹੀ ਆਡियंस ਤੋਂ ਉੱਥੇ ਸਿਸਟਮ ਹੈ ਸਾਡਾ ਜੀ ਪਹਿਲਾਂ ਤਾਂ ਇਹ ਮੇਰੇ ਖਿਆਲ ਹੈ ਇੰਡੀਆ ਤੋਂ ਹੀ ਸ਼ੁਰੂਆਤ ਕੀਤੀ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਮੈਨੂੰ ਯਾਦ ਹੈ ਜਦੋਂ ਸ਼ੁਰੂਆਤੀ ਦੌਰ ਚ ਪ੍ਰੈਸ ਕਾਨਫਰੰਸ ਵਾਇਰਾਂ ਕਰਦੇ ਸੀ ਅਸੀਂ ਕਵਰ ਕਰਦੇ ਸੀਗੇ ਤੇ ਇਹ ਹੁਣ ਵਰਲਡ ਵਾਈਡ ਬਣਾ ਦਿੱਤਾ ਹੈ ਹਾਂਜੀ ਸਾਲ 1993 ਜਦ ਅਸੀਂ ਪਹਿਲਾ ਮਿਸ ਪੰਜਾਬ ਨਹਿਰੂ ਸਿਧਾਂਤ ਕੇਂਦਰ ਲੁਧਿਆਣਾ ਕਰਵਾਏ ਸੀ ਉਹਦੇ ਵਿੱਚ ਨੀਲੂ ਸ਼ਰਮਾ ਜਿਹੜੀ ਬਾਤ ਜਸਵਿੰਦਰ ਭਲੜਾ ਦੇ ਨਾਲ ਸੰਕਟਾ ਚੋਂ ਜਿਹੜੀ ਸਾਡੀ ਪਹਿਲੀ ਪੰਜਾਬਣ ਸੀ ਫਿਰ ਬੀਪੀ ਪਰਮਾਰ ਸਾਲ 2000 ਦੇ ਵਿੱਚ ਸਕਾਗੋ ਤੇ ਇੱਕ ਲੜਕੀ ਸੀਗੀ ਉਹਨੇ ਪਾਰਟਿਸਿਪੇਟ ਕੀਤਾ ਆ ਕਿ ਲੁਧਿਆਣੇ ਤੇ ਫਿਰ ਅਸੀਂ ਇਹਦਾ ਨਾਮ ਮਿਸ ਵਰਲਡ ਪੰਜਾਬਣ ਕਰ ਦਿੱਤਾ ਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਆਸਟ੍ਰੇਲੀਆ ਤੋਂ ਉਹ ਅਬ ਜਬਜੀ ਖਰ ਆਈ ਸੀਗੀ 2006 ਦੇ ਵਿੱਚ ਅਸੀਂ ਉੱਥੇ ਪ੍ਰੋਮ ਕਰਾਇਆ ਉਹ ਜਬਜੀ ਇੱਥੋਂ ਫਿਰ ਮਿਸ ਵਰਲਡ ਪੰਜਾਬਣ ਮੁਕਾਬਲਾ ਜਿੱਤ ਕੇ ਗਈ ਹੈ ਐਸੀ ਤਰ੍ਹਾਂ ਤੁਹਾਡੀ ਕੈਨੇਡਾ ਦੀ ਅਰਸ਼ਦੀਪ ਗੋਸਲ ਉਹਨੇ 2010 ਦੇ ਵਿੱਚ ਜਿਹੜਾ ਮਿਸ ਵਰਲਡ ਪੰਜਾਬਣ ਮੁਕਾਬਲਾ ਇੰਡੀਆ 'ਚ ਹੋਇਆ ਸੀਗਾ ਜਲੰਧਰ ਕੋਰੇ ਵਿੱਚ ਜਿਹੜਾ ਇਹ ਟਾਈਟਲ ਜਿੱਤਿਆ ਸੀਗਾ ਜੀ ਤੇ ਬਹੁਤ ਸਾਰੀਆਂ ਲੜਕੀਆਂ ਅਲੱਗ-ਅਲੱਗ ਦੇਸ਼ਾਂ ਤੋਂ ਯੂਐਸਏ ਦੀ ਲੜਕੀ ਸੀ ਕਿਰਪਿੰਦਰ ਸੰਧੂ ਉਹਨੇ ਵੀ ਇਹ ਮੁਕਾਬਲਾ ਜਿੱਤਿਆ ਤੇ ਵਕਫਾਕ ਦੀ ਸਤੋਂ ਲੜਕੀਆਂ ਇਸ ਮੁਕਾਬਲੇ ਚ ਹਿੱਸਾ ਲੈਣਾ ਆਪਣਾ ਹੱਕ ਸਮਝਦੀਆਂ ਨੇ ਔਰ ਵੇਟ ਕਰਦੀਆਂ ਦੀ ਇਸ ਵਾਰ ਜਿਹੜੇ ਇਸ ਮੁਕਾਬਲੇ ਚ ਮੇਸ ਵਰਡ ਪੰਜਾਬ ਚੁਣੀ ਜਾਏਗੀ ਉਸ ਨੂੰ ਕੀ ਇਨਸੈਂਟਿਵ ਦੇਓਗੇ ਤੁਸੀਂ ਹਮੇਸ਼ਾ ਜੀ ਤਰ੍ਹਾਂ ਅਸੀਂ ਜੀ ਜਿਹੜਾ ਅਸੀਂ ਕਰਾਉਂ ਨਹੀਂ ਕਰਦੇ ਕਿਉਂਕਿ ਸਾਡੇ ਲੱਗ ਆਇਆ ਅਸੀਂ ਸਾਡੇ ਦੂਸਰੇ ਮੁਕਾਬਲੇ ਤੇ ਅਸੀਂ ਕਰਾਉਣ ਦੀ ਬਜਾਏ ਸਾਡਾ ਜਿਹੜੀ ਪੰਜਾਬਨ ਮਟਿਆਰ ਆ ਉਹਦਾ ਕਰਾਉਣਾ ਸੱਗੀ ਫੁੱਲ ਜਿਹੜਾ ਅਸੀਂ ਸੋਨੇ ਦਾ ਸਗੀ ਫੁੱਲ ਜਿਹੜਾ ਮਟਿਆਰੋਂ ਦਿੰਦੇ ਆਂ ਖੂਬਸੂਰਤ ਟ੍ਰੋਫੀ ਦਿੰਦੇ ਆ ਉਹਦਾ ਸਿਰ ਜਿਹੜਾ ਸਗਨਾ ਦੀ ਫੁਲਕਾਰੀ ਨਾਲ ਕੱਜਦੇ ਆ ਤੇ ਇਸ ਤੋਂ ਇਲਾਵਾ ਉਹਨੂੰ ਹੋਰ ਬਹੁਤ ਸਾਰੀਆਂ ਕੰਪਨੀਆਂ ਵੱਲੋਂ ਪ੍ਰਾਈਜ਼ ਮਿਲਦੇ ਨੇ ਨਾਮ ਮਿਲਦੇ ਨੇ ਸਭ ਤੋਂ ਵੱਡੀ ਗੱਲ ਕਈ ਵਾਰੀ ਫਿਲਮਾਂ ਵੀ ਮਿਲਦੀਆਂ ਨੇ ਜਿਵੇਂ ਜਪਜੀਖਰਾਂ ਨੂੰ ਮਿੱਟੀ ਵਾਜਾ ਮਾਰਦੀ ਹਰ ਭਜਨ ਮਾਨਜੀ ਦੀ ਫਿਲਮ ਮਨਮੋਨ ਭਜ ਦੀ ਉਹ ਫਿਲਮ ਚ ਕੰਮ ਕੀਤਾ ਹੈ ਹੋਰ ਹੀ ਬਹੁਤ ਸਾਰੀਆਂ ਮਨਪ੍ਰੀਤ ਨੇ ਦਾਜ ਫਿਲਮ ਫਿਲਮ ਵਿੱਚ ਕੰਮ ਕੀਤਾ ਹੈ ਹਰਪ੍ਰੀਤ ਹੰਜਰਾ ਹੈ ਹਰਪੀਤ ਜਗਲ ਹੈ ਬਹੁਤ ਸਾਰੀਆਂ ਲੜਕੀਆਂ ਫਿਲਮਾਂ ਚ ਆਈਆਂ ਨੇ ਜਪਜੀਖਰਾਂ ਨੇ ਸੱਭਿਆਚਾਰ ਦੀ ਵਲਗਣ ਚ ਰਹਿ ਕੇ ਹੀ ਫਿਲਮਾਂ ਚ ਕੰਮ ਕੀਤਾ ਹੈ ਔਰ ਅੱਜ ਵੀ ਉਹ ਫਿਲਮਾਂ ਚ ਕੰਮ ਕਰ ਰਹੀ ਹੈ ਜੀ ਤੇ ਕਈ ਬਹੁਤ ਸਾਰੀਆਂ ਲੜਕੀਆਂ ਸਾਡੇ ਪ੍ਰੋਗਰਾਮ ਚੋਂ ਵਿਨ ਕਰਕੇ ਉਹ ਅਲੱਗ-ਅਲੱਗ ਜਿਹੜੇ ਟੀਵੀ ਚੈਨਲਜ਼ ਨੇ ਪਰਦੇ ਜਾਂ ਬਾਹਰ ਉੱਥੇ ਉਹ ਐਜ ਐਨਿਊਜ਼ ਰੀਡਰ ਰਹਿ ਜਾਂ ਐਂਕਰ ਵੀ ਕੰਮ ਕਰਦੀਆਂ ਜੀ ਜੀ ਬਹੁਤ-ਬਹੁਤ ਧੰਨਵਾਦ ਜਸਮੇਰ ਸਿੰਘ ਢੱਟ ਸਾਹਿਬ ਤੇ ਦੇਖਦੇ ਆ ਜੀ ਹੁਣ ਤੁਹਾਡੇ ਕੰਟੈਚਸ ਵਰ ਕੌਣ ਬਾਜੀ ਮਾਰਦੀ ਹੈ ਹਾਂਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ ਸੋ ਦੋਸਤੋ ਟੀਵੀ ਦਾ ਪ੍ਰੋਗਰਾਮ ਤਾਂ ਹੁਣ ਇੱਥੇ ਹੀ ਸਮਾਪਤ ਕਾ ਰਿਹਾ ਹੈ ਰੇਡੀਓ ਦਾ ਪ੍ਰੋਗਰਾਮ ਰਾਤੀ 10 ਤੱਕ ਜਾਰੀ ਰਹੇਗਾ 9 ਤੋਂ 10 ਹੈਲਥ ਸੈਗਮੈਂਟ ਹੋਏਗਾ ਤੇ ਅੱਜ 8:30 ਤੋਂ 9 ਤੱਕ ਬਾਲੀਵੁੱਡ ਦੇ ਕਲਾਕਾਰ ਨਾਲ ਖਾਸ ਗੱਲਬਾਤ ਹੋਣ ਜਾ ਰਹੀ ਹੈ ਜੋ ਸਾਡੇ ਸਟੂਡੀਓ 'ਚ ਪਹੁੰਚ ਰਹੇ ਨੇ